ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ, ਜਿੱਥੇ ਕਿ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੇ ਯੁੱਧ ਤੋਂ ਬਾਅਦ ਕੁਝ ਸਮਾਂ ਲਈ ਇੱਥੇ ਰੁਕੇ ਸੀ। ਇੱਥੇ ਨਾਲ ਅਸੀਂ ਹੈਗੇ ਹਾਂ ਇਸ ਵਕਤ ਪੰਚਕੂਲਾ ਹਰਿਆਣਾ ਦੇ ਵਿੱਚ, ਜਿੱਥੋਂ ਕਿ ਅਸੀਂ ਅੱਜ ਆਪਣਾ ਸਫ਼ਰ ਸ਼ੁਰੂ ਕਰਾਂਗੇ। ਅਸਲ 'ਚ ਕੱਲ੍ਹ ਅਸੀਂ ਬਠਿੰਡਾ ਤੋਂ ਸ਼ਾਮ ਨੂੰ ਚੱਲੇ ਸੀ ਤਕਰੀਬਨ 4 ਵਜੇ ਦੇ ਆਸ ਪਾਸ, ਅਤੇ ਰਾਤ ਦੇ 8:30 ਦੇ ਆਸ ਪਾਸ ਅਸੀਂ ਪੰਚਕੂਲਾ ਗੁਰਦੁਆਰਾ ਨਾਢਾ ਸਾਹਿਬ ਪਹੁੰਚ ਚੁੱਕੇ ਸੀਗੇ ਅਤੇ ਇੱਥੇ ਸਰਾਂ ਦੇ ਵਿੱਚ ਰੁਕੇ ਸੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਨਵੇਂ ਬਲੌਗ, ਇੱਕ ਨਵੇਂ ਸਫ਼ਰ, ਇੱਕ ਨਵੇਂ ਦਿਨ 'ਚ ਤੁਹਾਡਾ ਸਵਾਗਤ ਹੈ। ਅੱਜ ਦਾ ਸਫ਼ਰ ਅਸੀਂ ਕਰਾਂਗੇ ਪੰਚਕੂਲਾ ਤੋਂ ਲੈ ਕੇ ਚਿਤਕੁਲ ਤੱਕ, ਜਿਸ ਦੀ ਦੂਰੀ ਲਗਭਗ ਹੈ ਇੱਥੋਂ ਕੋਈ 350 ਕਿਲੋਮੀਟਰ, 10 ਘੰਟਿਆਂ ਦਾ ਸਫ਼ਰ ਹੈ ਅਤੇ ਸਵੇਰ ਦੇ ਤਕਰੀਬਨ ਕੋਈ 10 ਵੱਜ ਚੁੱਕੇ ਨੇ। ਅਤੇ ਸਾਡੇ ਨਾਲ ਅੱਜ ਦੇ ਸਫ਼ਰ 'ਚ ਥੋੜ੍ਹਾ ਜਿਹਾ ਬਦਲਾਵ ਹੈ, ਰੀਆ ਕੁਝ ਕਾਰਨਾਂ ਕਰਕੇ ਇਸ ਸਫ਼ਰ 'ਚ ਸ਼ਾਮਿਲ ਨਹੀਂ ਹੋ ਪਾਈ ਅਤੇ ਅਸੀਂ ਆਪਣੀ ਗੱਡੀ ਪੂਰੀ ਤਿਆਰ ਕੀਤੀ ਸੀ ਇੱਥੇ ਅਤੇ ਸਾਡੇ ਨਾਲ ਸਾਥੀ ਨਵੇਂ ਜੋੜੇ ਨੇ ਸਾਡੇ ਬਠਿੰਡੇ ਤੋਂ, ਬਾਈ ਸ਼ਵਿੰਦਰ ਜੀ। ਇਹਨਾਂ ਦੀ ਬਿਲਕੁਲ ਜੀ ਇਹ ਬਠਿੰਡੇ ਵਾਲੇ ਬਾਈ ਨੇ ਸਾਡੇ, ਇਹ ਬੁਲਟ 500 ਸੀਸੀ ਇਹਨਾਂ ਕੋਲ ਹੈਗੀ ਹੈ ਅਤੇ ਅੱਜ ਸਾਡੇ ਸਫ਼ਰ ਦੇ ਨਵੇਂ ਸਾਥੀ ਨੇ ਸਾਡੇ, ਇਹ ਪਹਿਲੀ ਵਾਰ ਅਸੀਂ ਇਕੱਠਾ ਸਫ਼ਰ ਕਰ ਰਹੇ ਹਾਂ ਤੁਹਾਨੂੰ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਕੱਲ੍ਹ ਦਾ ਸਫ਼ਰ ਠੀਕ ਠਾਕ ਰਿਹਾ ਭਾਅ ਜੀ? ਬਹੁਤ ਵਧੀਆ ਰਿਹਾ ਜੀ ਕੱਲ੍ਹ ਦਾ ਸਫ਼ਰ। ਹਾਂ, ਅੱਜ ਪਹਾੜੀ ਸਫ਼ਰ ਸ਼ੁਰੂ ਕਰ ਲਾਂਗੇ ਅੱਜ ਆਪਾਂ। ਠੀਕ ਹੈ ਜੀ, ਅੱਜ ਹਾਂ ਪਹਾੜੀ ਸਫ਼ਰ ਬਿਲਕੁਲ ਜੀ, ਤੁਸੀਂ ਅੱਗੇ ਸ਼ੁਰੂ ਹੋ ਜਾਊਗਾ ਪਹਾੜੀ ਸਫ਼ਰ ਆਪਣਾ। ਬੜੇ ਸ਼ੌਂਕ ਨਾਲ ਇਹਨੇ ਆਪਣੀ ਇਹ ਗੱਡੀ ਰੱਖੀ ਹੋਈ ਹੈ। ਅਸਲ 'ਚ ਨਾ ਸਫ਼ਰ ਤੁਹਾਡੇ ਉਦੋਂ ਪੂਰੇ ਹੁੰਦੇ ਆ ਜਦੋਂ ਤੁਸੀਂ ਆਪਦੇ ਸਾਧਨ ਨੂੰ, ਭਾਵੇਂ ਕਾਰ ਹੈ ਭਾਵੇਂ ਮੋਟਰਸਾਈਕਲ ਹੈ, ਪੂਰੇ ਸ਼ੌਂਕ ਨਾਲ ਰੱਖਦੇ ਹੋ ਜੀ। ਤਾਂ ਫਿਲਹਾਲ ਪਾਰਕਿੰਗ ਦਾ ਸੀਨ ਆ, ਸਵੇਰ ਦੇ 7 ਵੱਜ ਚੁੱਕੇ ਨੇ, ਸੂਰਜ ਝਾਤੀਆਂ ਮਾਰੀ ਜਾਂਦਾ ਅਤੇ ਅਸੀਂ ਆਪਣਾ ਅਗਲਾ ਸਫ਼ਰ ਜੋ ਹੈ ਹੁਣ ਸ਼ੁਰੂ ਕਰਨ ਲੱਗੇ ਹਾਂ। ਤਾਂ ਮਿਲਦੇ ਤੁਹਾਨੂੰ ਰਾਹਾਂ ਦੇ ਵਿੱਚ। ਗੁਰਦੁਆਰਾ ਨਾਢਾ ਸਾਹਿਬ ਤੋਂ ਰਵਾਨਗੀ ਹੋ ਗਈ। ਵਾਹਿਗੁਰੂ, ਸਫ਼ਰ ਸੁਖ ਦੁਰੱਖੀ ਭਲਾ ਕਰੀ। ਪਹਿਲੀ ਫਲੋਰ 'ਤੇ ਪਾਰਕਿੰਗ ਸੀ, ਉੱਥੇ ਮੋਟਰਸਾਈਕਲ ਲਗਾਈ ਸੀ ਰਾਤੀ ਅਤੇ ਨਾਲ ਹੀ ਕਮਰਾ ਲੈ ਕੇ ਰਾਤੀ ਸੌ ਗਈ ਸੀ। ਮੌਸਮ ਸੋਹਣਾ, ਸਾਫ, ਵਧੀਆ ਮਾਹੌਲ ਹੈ। ਦੇਖਦੇ ਹਾਂ ਕਿੰਨਾ ਸਫ਼ਰ ਤੈਅ ਹੁੰਦਾ ਅੱਜ। ਇਹ ਗੁਰਦੁਆਰਾ ਨਾਢਾ ਸਾਹਿਬ ਬਣਿਆ ਹੋਇਆ ਘੱਗਰ ਦਰਿਆ ਦੇ ਲਾਗੇ। ਜਿਹੜੀ ਤੁਸੀਂ ਨਿੱਕੀ ਨਿੱਕੀ ਪਹਾੜੀਆਂ ਦੇਖ ਰਹੇ ਹੋ, ਇਹ ਪਹਾੜੀਆਂ ਨੇ ਸ਼ਿਵਾਲਿਕ ਦੀਆਂ। ਸ਼ਿਵਾਲਿਕ ਦੀ ਰੇਂਜ ਪੈਂਦੀ ਸਭ ਤੋਂ ਪਹਿਲਾਂ, ਇਹ ਕੱਚੇ ਪਹਾੜ ਹੈ ਇਹ, ਅਤੇ ਜੋ ਰੋਡ ਹੈ ਇਹ ਰੋਡ ਜਾਂਦੀ ਹੈ ਯਮੁਨਾ ਨਗਰ ਸਾਈਡ 'ਤੇ। ਇਹ ਚੰਡੀਗੜ੍ਹ ਯਮੁਨਾ ਨਗਰ ਹਾਈਵੇ ਦੇ ਉੱਪਰ ਹੈ ਇਹ,
ਤੇ ਸਾਰੀ ਦੀ ਸਾਰੀ ਇਹ ਸ਼ਿਵਾਲਿਕ ਦੀ ਪਹਾੜੀਆਂ ਹੈ, ਸ਼ਿਵਾਲਿਕ ਦੀ ਰੇਂਜ ਹੈ ਇਹ। ਪਹਾੜ ਕੱਟ ਕੇ ਬੜੇ ਪੁਰਾਣੇ ਸਮੇਂ ਤੋਂ ਉੱਥੇ ਜੋ ਹੈ ਸੜਕ ਬਣਾਈ ਗਈ ਸੀ। ਹੁਣ ਅਸੀਂ ਪੈਣਾ ਹੈ ਕਾਲਕਾ ਸ਼ਿਮਲਾ ਹਾਈਵੇ ਦੇ ਉੱਪਰ। ਸਾਹਮਣੇ ਨਾ ਮੋਟਰਸਾਈਕਲ ਦੇ ਉੱਪਰ ਬੜੀ ਸਾਨੂੰ ਸੋਹਣੀ ਚੀਜ਼ ਲੱਗੀ। ਪਿਓ ਪੁੱਤ ਜਾ ਰਹੇ ਆ ਤੇ ਬੇਟੇ ਦੇ ਨਾ ਪਿੱਛੇ ਹੈਲਮੇਟ ਪਾਇਆ ਹੋਇਆ। ਬੱਚੇ ਨੂੰ ਨਾ ਹੁਣੇ ਵਧੀਆ ਤਰ੍ਹਾਂ ਦੇ ਸ਼ੌਂਕ ਸਿਖਾ ਰਹੇ ਨੇ ਕਿਸ ਤਰ੍ਹਾਂ ਰਾਈਡ ਕਰਨੀ ਹੈ, ਸੇਫਟੀ 'ਚ ਰਹਿਣਾ। ਇਹਨਾਂ ਕੋਲ ਬਾਈਕ ਹੈਗੀ ਹਿਮਾਲਿਆਨ, ਅਤੇ ਦੇਖੋ ਬੱਚੇ ਲਈ ਨਾ ਪੂਰੀ ਸੇਫਟੀ ਗਾਰਡ ਵਗੈਰਾ ਪਾ ਕੇ ਫਿਰ ਲੈ ਕੇ ਜਾ ਰਿਹਾ ਨਾਲ ਉਹਨੂੰ ਬਾਈਕ ਦੇ ਉੱਪਰ। ਇਹ ਜ਼ਰੂਰੀ ਹੁੰਦਾ ਅਕਸਰ ਇਹ ਕਿ ਜੋ ਵੀ ਤੁਸੀਂ ਬਾਈਕ ਦੇ ਉੱਪਰ ਜਾਂਦੇ ਹੋ, ਟੂ ਵਹੀਕਲ ਦੇ ਉੱਪਰ ਜਾਂਦੇ ਹੋ, ਤਾਂ ਤੁਹਾਡੇ ਕੋਲ ਸੇਫਟੀ ਗਾਰਡ ਸਾਰੇ ਹੁਣ ਜਾਂਦੇ ਨੇ। ਅਤੇ ਅਕਸਰ ਨਾ ਲੋਕ ਬੱਚਿਆਂ ਦੇ ਉੱਪਰ ਨਹੀਂ ਪਾਉਂਦੇ ਗੇ ਹੈਲਮਟ ਵਗੈਰਾ ਜਾਂ ਕੁਛ ਵੀ। ਤਾਂ ਤੁਸੀਂ ਦੇਖੋ ਸਰਦਾਰ ਜੀ ਨੇ ਆਪਣੇ ਬੱਚੇ ਦੇ ਹੈਲਮਟ ਦੇ ਸਿਰ ਦੇ ਉੱਪਰ ਹੈਲਮਟ ਹੀ ਪਾਇਆ ਹੋਇਆ ਤੁਹਾਨੂੰ। ਬਹੁਤ ਸੋਹਣੀ ਗੱਲ ਹੈ ਜੀ। ਕਾਲਕਾ ਸ਼ਿਮਲਾ ਹਾਈਵੇ 'ਤੇ ਹਾਂ ਅਤੇ ਜਿਵੇਂ ਜਿਵੇਂ ਸੂਰਜ ਚੜ੍ਹ ਰਿਹਾ ਨਾ, ਟ੍ਰੈਫਿਕ ਵੀ ਉਸੇ ਤਰ੍ਹਾਂ ਵੱਧਦੀ ਤੁਰੀ ਜਾ ਰਹੀ ਹੈ ਇਸ ਟਾਈਮ। ਉਮੀਦ ਨਾਲੋਂ ਜ਼ਿਆਦਾ ਟ੍ਰੈਫਿਕ ਆ ਇਸ ਰੋਡ ਦੇ ਉੱਪਰ, ਕਾਰਨ ਪੰਜਾਬ ਦੀ ਗਰਮੀ। ਪੰਜਾਬ 'ਚ ਜਿੱਥੇ ਸਾਡੇ ਬਠਿੰਡੇ ਸ਼ਹਿਰ 'ਚ ਤਾਪਮਾਨ ਪਿੱਛੇ 48 ਡਿਗਰੀ ਪਹੁੰਚ ਚੁੱਕਿਆ ਸੀ, ਤਾਂ ਉਸ ਤੋਂ ਬਚਣ ਲਈ ਲੋਕਾਂ ਨੇ ਪਹਾੜ ਅੰਦਰ ਰੁੱਖ ਕੀਤਾ ਹੋਇਆ। ਉਹਨਾਂ ਵਿੱਚ ਅਸੀਂ ਵੀ ਹੈਗੇ ਹਾਂ ਜਿਹੜੇ ਕਿ ਆਪਣੇ ਬੰਬੂ ਘਾਟ ਦੇ ਉੱਪਰ, ਲਾਲ ਘੋੜੇ ਦੇ ਉੱਪਰ ਪਹਾੜੀ ਸਫ਼ਰ ਨੂੰ ਤੈਅ ਕਰਦੇ ਹੋਏ ਆਪਣੀਆਂ ਮੰਜ਼ਿਲਾਂ ਦੀ ਤਰਫ ਜਾ ਰਹੇ ਨੇ। ਸੋਲਨ ਸ਼ਹਿਰ ਪਹੁੰਚ ਚੁੱਕੇ ਹਾਂ ਤਾਂ ਜਿਹੜਾ ਉੱਥੇ ਸੰਡੇ ਕਰਕੇ ਕਾਫ਼ੀ ਰਸ਼ ਹੋਇਆ ਪਿਆ। ਰਸ਼ ਦਾ ਮੇਨ ਮੁੱਖ ਕਾਰਨ ਹੈਗੇ ਉੱਥੋਂ ਦਾ ਇੱਕ ਸਤਸੰਗ ਚੱਲਦਾ ਜੀ ਰਾਧਾ ਸਵਾਮੀਆਂ ਦਾ, ਉਹਨਾਂ ਦੀ ਸ਼ਾਇਦ ਐਤਵਾਰ ਨੂੰ ਸਤਸੰਗ ਹੁੰਦੀ ਹੈ, ਜਿਸ ਕਰਕੇ ਇੱਥੇ ਕਾਫ਼ੀ ਰਸ਼ ਹੋਇਆ ਪਿਆ, ਭੀੜ ਭੜੱਕਾ ਵਾਹਵਾ। ਇੱਥੇ ਸੰਗਤਾਂ ਸੇਵਾ ਕਰਦੀ ਪਈ ਹੈ, ਇੱਥੇ ਨਾਲੇ ਪੁਲਿਸ ਵੀ ਬੜੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਪੂਰਾ। ਇੱਥੇ ਸੋਲਨ ਸ਼ਹਿਰ ਤੋਂ ਥੋੜ੍ਹਾ ਜਿਹਾ ਪਿੱਛੇ ਸੀ ਇਸ ਟਾਈਮ, ਇਸ ਸਾਈਡ ਬੜੀ ਲੱਗਦੀ ਹੈ ਸਤਸੰਗ ਮੈਨੂੰ, ਪੂਰੀ ਭੀੜ ਭੜੱਕਾ ਪੂਰਾ ਜਾਮ, ਵਧੀਆ ਜਾਮ ਲੱਗਿਆ ਹੋਇਆ ਇੱਥੇ। ਸਮਾਂ ਹੋ ਗਿਆ ਵੀ ਸਵੇਰ ਦੇ 8:30 ਅਤੇ ਅਸੀਂ ਹੁਣੇ ਸੋਲਨ ਸ਼ਹਿਰ ਪਾਰ ਕਰਕੇ ਆਏ ਹਾਂ। ਬਹੁਤ ਜ਼ਿਆਦਾ ਟ੍ਰੈਫਿਕ ਸੀ ਉੱਥੇ, ਟ੍ਰੈਫਿਕ ਦੇ ਕਾਰਨ ਕਿ ਇਹ ਸੀ ਕਿ ਅੱਜ ਐਤਵਾਰ ਹੈ, ਲੋਕ ਘਰੋਂ ਨਿਕਲੇ ਹੋਏ ਹੈ, ਗਰਮੀਆਂ ਦੇ ਦਿਨ ਹੈ, ਅਤੇ ਬਾਕੀ ਇੱਥੇ ਇੱਕ ਰਾਧਾ ਸਵਾਮੀ ਦਾ ਇੱਕ ਸਤਸੰਗ ਚੱਲ ਰਿਹਾ ਸੀ ਇੱਥੇ, ਜਿਸ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਸੀ। ਪਰ ਕਹਿੰਦੇ ਨਾ ਮੋਟਰਸਾਈਕਲ ਦੇ ਆਹ ਫਾਇਦੇ ਹੋ ਜਾਂਦੇ ਆ ਕਿ ਇਹ ਨਾ ਗੱਡੀ ਨਿੱਕੀ ਥਾਂ ਤੋਂ ਨਿਕਲ ਜਾਂਦੀ ਹੈ ਵੀ। ਅਤੇ ਭਾਅ ਜੀ ਆਪਣੇ ਨਾ ਘੱਟੋ ਘੱਟ ਅੱਧਾ ਘੰਟਾ ਵੱਜ ਗਿਆ ਆਪਣਾ, ਘੱਟੋ ਘੱਟ ਅਤੇ ਆਪਣੇ ਨਾ 60 ਕਿਲੋਮੀਟਰ ਦੀ ਦੂਰੀ ਨਾ ਸ਼ਾਇਦ ਆਪਣੇ 1.5 ਘੰਟੇ ਤੈਅ ਕਰ ਲਈ, ਆਪਾਂ 1.5 ਘੰਟੇ ਨਿਕਲ ਗਏ ਆਪਾਂ ਥੋੜ੍ਹੇ ਹੋਰ ਡਿੱਗ ਪਾ ਖਾਇਆ ਲੋਟ ਨਹੀਂ ਵੀ ਕੋਈ ਗੱਲ ਨਹੀਂ ਚੱਕ ਲੈਂਦੇ ਹਾਂ।
ਹੈਲਮੇਟ ਨਾ ਰੱਖਣ ਦਾ ਆਹ ਨੁਕਸਾਨ ਹੋ ਜਾਂਦਾ ਕਿ ਲੋਟਰੀ ਖਾ ਜਾਂਦਾ, ਚੰਗੀ ਤਰ੍ਹਾਂ ਪੜ੍ਹਨਾ ਪੈਂਦਾ ਕਿ ਸਰ। ਕੁਰਸੀਆਂ ਵਗੈਰਾ ਨਾਲ ਲੈ ਕੇ ਆਏ ਹਾਂ, ਕੈਂਪਿੰਗ ਵਗੈਰਾ, ਸੈਡਲ ਬੈਗ ਸਾਡੇ ਕੋਲ ਸੀਗੇ, ਠੀਕ ਆ। ਕੱਲ੍ਹ ਬੈਗ ਘਰ ਨਵਾਂ ਲਿਆ ਜੀ, ਆਹ ਕੱਲ੍ਹ ਰੁਕੇ ਸੀ ਰਸਤੇ ਥੰਪਰ ਕੈਫੇ ਤੋਂ, ਉੱਥੋਂ ਲਿਆ ਇੱਕ ਵਾਟਰਪਰੂਫ ਬੈਗ ਆ, ਟੈਂਟ ਇਹਦੇ ਵਿੱਚ ਆ ਹੁਣ। ਤਿਆਰ ਬਾਰ ਤਿਆਰ ਬਈ, ਭਾਜੀ ਕਹਿੰਦੇ ਤੁਹਾਡੇ ਮੋਟਰਸਾਈਕਲ ਸਟਿੱਕਰ ਲੱਗੇ ਆ, ਅਤੇ ਕਹਿੰਦੇ ਮੈਂ ਵੀ ਲਾਊਂਗਾ ਅਤੇ ਮੇਰੀ ਵੀਡੀਓ ਬਣਾ ਦਿਓ ਭਾਈ। ਚਲੋ ਕਰਦੇ ਹਾਂ ਮੂਵ ਆਉਣ ਅੱਗੇ ਨੂੰ, ਸੋਲਾ ਮਹਲਾ ਕੁੱਲ ਮਿਲਾ ਕੇ। ਠੰਡੀ ਠੰਡੀਆਂ ਹਵਾ ਚੱਲਦੀਆਂ ਹੋਈਆਂ, ਸੋਹਣਾ ਮਾਹੌਲ ਬਣਦਾ ਹੋਇਆ ਅਤੇ ਸੋਹਣੇ ਮਾਹੌਲ ਦੇ ਵਿੱਚ ਭੁੱਖ ਵੀ ਲੱਗ ਗਈ ਵੀ, ਅਤੇ ਸਾਡੇ ਬਾਈ ਜੀ ਪੂਰਾ ਸਾਰਾ ਬੰਦੋਬਸਤ ਕਰਕੇ ਲੈ ਕੇ ਆਏ ਨਾਲ ਪੋਹਾ। ਅਸਲ ਅਸੀਂ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਛੋਟਾ ਜਿਹਾ ਲੰਗਰ ਖਾ ਕੇ ਤੁਰੇ ਸੀਗੇ, ਛੋਲੇ ਸੀਗੇ ਅਤੇ ਦੁੱਧ ਸੀ ਗਲਾਸ, ਬਸ ਆਪਣੇ ਚਾਰ ਘੰਟੇ ਉਹਦੇ ਟੱਪ ਗਏ ਨਾ ਬਾਈ। ਬਿਲਕੁਲ ਜੀ ਬਿਲਕੁਲ, ਆਹ ਮਾਹੌਲ ਆ ਤੁਹਾਨੂੰ ਵੀ ਕਿਆ ਬਾਤ ਵੀ ਹੋ ਗਈ। ਚੈਲ ਤੋਂ ਲਗਭਗ 5-6 ਕਿਲੋਮੀਟਰ ਪਿੱਛੇ ਹੈ ਅਤੇ ਚੀਲ ਦੇਵਦਾਰ ਦੇ ਜੰਗਲਾਂ ਦੇ ਵਿੱਚ ਸਾਡਾ ਹੁਣ ਬ੍ਰੇਕਫਾਸਟ ਸ਼ੁਰੂ ਹੋ ਰਿਹਾ ਵੀ ਸਾਨੂੰ। ਤੁਹਾਨੂੰ ਫੜਾ ਵਾ ਕੜਛੀ ਆ ਨਾ ਭਾਵੇ, ਕੜਛੀ ਆ ਇੱਧਰ ਪੀਏ, ਨਵਾਂ ਤਜਰਬਾ ਨਵੇਂ ਸਾਥੀ। ਬਾਲਾ ਤੁਹਾਨੂੰ ਆਈ ਗਿਆ ਬਈ, ਸੁਣਨੇ ਕਿ ਟੇਢਾ ਹੋਇਆ ਪੈਣਾ, ਇਹ ਇੱਕ ਪਾਸੇ ਕਾਲਾ ਹੋ ਜੂਗਾ, ਇਹ ਹੁਣ ਸੁੱਧ ਨਹੀਂ ਆਉਣਾ ਗਾ, ਫੁੱਲ ਤਾਂ ਫੁੱਲ ਦੀ ਕਰ ਦਿਓ ਬਸ। ਕਰ ਪਾਦਲਾ ਪੋਹਾ, ਮੈਂ 5 ਮਿੰਟ ਜੀ ਤਿਆਰ ਹੋਈ ਬਸ, ਪੂਰੀ ਮਾਰ ਦਿਓ ਕੜਛੀ ਬਸ। ਜਦੋਂ ਤੁਹਾਨੂੰ ਸਵੇਰੇ ਸਵੇਰੇ ਨਾ ਖਾਣ ਨੂੰ ਬਦਾਮ ਮਿਲਣ ਤਾਂ ਉਹਦੇ ਬਾਅਦ ਰੀਸ ਕੋਈ ਨਹੀਂ ਹੁੰਦੀ ਗੀ ਉਦੋਂ। ਪੋਹਾ ਤਿਆਰ ਹੋ ਗਿਆ, ਵਿੱਚ ਉਹਦੇ ਬਦਾਮ ਗਿਰੀਆਂ ਪਾਲੀਆਂ ਅਤੇ ਸਾਹਮਣੇ ਦਾ ਨਜ਼ਾਰਾ ਵੀ, ਕਿਆ ਬਾਤ ਹੋਈ ਪਈ ਭਾਜੀ ਪੂਰੀ। ਅਸਲ 'ਚ ਨਾ ਸਫ਼ਰ ਦੇ ਜਿਹੜੇ ਹੁੰਦੇ ਆ ਆਨੰਦ ਉਹ ਇਸ ਤਰ੍ਹਾਂ ਆਉਂਦੇ ਆ, ਉਹ ਕਹਿੰਦੇ ਸਫ਼ਰ ਦੇ ਵਿੱਚ ਤੁਹਾਨੂੰ ਚਾਹੀਦਾ ਸਬਰ, ਸਬਰ ਹੈਗਾ ਤੁਸੀਂ ਸਫ਼ਰ ਨੂੰ ਵੱਧ ਆਨੰਦ ਮੰਨੋਗੇ। ਆਪਾਂ ਸਾਰੇ ਜਾਣਦੇ ਹਾਂ ਵੀ
ਮੰਜ਼ਰਾਂ ਨਾਲੋਂ ਵੱਧ ਖੂਬਸੂਰਤ ਹਮੇਸ਼ਾ ਸਫ਼ਰ ਹੁੰਦੇ ਆ ਵੀ ਇਹ, ਅਤੇ ਇੱਕ ਉਸ ਖੂਬਸੂਰਤੀ ਦਾ ਹਿੱਸਾ ਇੱਕ ਇੱਥੋਂ ਦਾ ਇਹ। ਬਾਹਰਲਾ ਆਲਤੂ ਫਾਲਤੂ ਖਾਣ ਦੀ ਬਜਾਏ ਤੁਸੀਂ ਕੋਸ਼ਿਸ਼ ਕਰੋ ਕਿ ਆਪਣਾ ਕੁਛ ਨਾ ਲੈ ਕੇ ਜਾਓ ਉੱਥੋਂ ਦਾ, ਇਹ ਤੁਹਾਡੀ ਸਿਹਤ ਵਧੀਆ ਰਹਿੰਦੀ ਹੈ, ਵਧੀਆ ਚੀਜ਼ ਖਾਂਦੇ ਹੋ, ਕੈਲਰੀਜ਼ ਤੁਹਾਨੂੰ ਵਧੀਆ ਤੁਹਾਡੀ ਮਿਲਦੀ ਹੈ, ਇੱਥੋਂ ਦਾ ਇਹ ਐਨਰਜੀ ਪੂਰੀ ਹੋ ਜਾਂਦੀ ਹੈ ਇੱਥੋਂ ਦਾ ਇਹ। ਅਤੇ ਸਾਡੇ ਆਹ ਲਾ ਲਏ ਬੁਲਟ ਵਗੈਰਾ ਇੱਥੇ ਸਾਰੇ ਪਾਸੇ ਕਰਕੇ ਵੀ, ਨਿੱਕਾ ਜਿਹਾ ਸਾਡੇ ਕੋਲ ਚੁੱਲ੍ਹਾ ਸੀਗਾ ਅਤੇ ਕਰਕੇ ਅੱਗੇ ਮੂਵ ਔਨ ਕਰਾਂਗੇ। ਇੱਕ ਹੋਰ ਗੱਲ ਕਹਿੰਦੇ ਹਾਂ, ਜਿਵੇਂ ਅਸੀਂ ਨਾ ਰੱਖਿਆ ਆ ਜੋ ਸਾਡੇ ਕਵਰ ਅਪ ਸੀਗੇ ਇਹਨਾਂ ਦੇ ਪੋਹੇ ਦੇ, ਇਹ ਅਸੀਂ ਆਪਦੇ ਨਾਲ ਲੈ ਕੇ ਆਵਾਂਗੇ। ਜਦੋਂ ਵੀ ਤੁਸੀਂ ਕਿਸੇ ਟੂਰਿਸਟ ਪਲੇਸ 'ਤੇ ਆਉਂਦੇ ਹੋ, ਜਦੋਂ ਤੁਸੀਂ ਟੂਰਿਸਟ ਪਲੇਸ 'ਤੇ ਆਉਂਦੇ ਹੋ ਨਾ, ਕਦੇ ਵੀ ਕਿਸੇ ਥਾਂ 'ਤੇ ਖਲਾਰਾ ਨਾ ਪਾਓ, ਇਹ ਜ਼ਰੂਰੀ ਹੈ। ਇਹ ਆਪਣੀ ਇੱਕ ਵਧੀਆ ਪਹਿਚਾਣ ਛੱਡ ਕੇ ਆਓ ਵੀ ਇੱਥੋਂ ਦਾ। ਇਹ ਝੀਲ ਦੇਵਦਾਰ ਦੇ ਦਰੱਖਤਾਂ ਦੇ ਵਿੱਚ ਟੈਂਟ ਵਾਲੀ ਕੁਰਸੀਆਂ ਦੇ ਬੈਠ ਕੇ ਆਰਾਮ ਨਾਲ ਬ੍ਰੇਕਫਾਸਟ ਕਰਦੇ ਹੋਏ, ਸੋਹਣੇ ਸੋਹਣੇ ਮੁੰਡੇ ਵੀ ਜਿਵੇਂ ਕਿ ਅਸੀਂ, ਮੈਂ ਚਲੋ ਖਾ ਪੀ ਕੇ ਕਰਦੇ ਮੂਵ ਆਉਣਗੇ ਵੀ। ਕਾਫੀ ਲੰਬੇ ਸਮੇਂ ਤੋਂ ਨਾ ਸਾਡੇ ਨਾਲ ਫਿਰ ਰਹੀ ਹੈ ਇਹ ਤਿਤਲੀ। ਕਿਹੜਾ ਗਾਣਾ ਸੀ ਭਾਈ ਤੁਹਾਡੇ ਦੇ ਅਲੱਗ ਗਾਣਾ ਨੀ ਪਿੱਛੇ ਕਿਹੜਾ, ਮੇਰਾ ਤਿਤਲੀਆਂ ਵਰਗਾ? ਨਹੀਂ ਨਹੀਂ ਯਾਰ, ਮੇਰਾ ਤਿਤਲੀਆਂ ਵਰਗਾ। ਹਾਂ ਮੈਨੂੰ ਇਹ ਲੱਗਦਾ ਵੀ ਤੁਹਾਨੂੰ ਇਸ ਫੁੱਲ ਤੇ ਕਰੇ ਬਿਲਕੁਲ ਵੀ। ਚਲੋ ਖਾਣਾ ਪੀਣਾ ਹੋ ਗਿਆ, ਮਾਹੌਲ ਵਧੀਆ, ਅਤੇ ਨਿਕਲਦੇ ਅੱਗੇ ਨੂੰ ਵੀ ਹੁਣ। ਖਾਣਾ ਪੀਣਾ ਹੋ ਗਿਆ ਹਲਕਾ ਫੁਲਕਾ, ਅਤੇ ਹੁਣ ਫਿਰ ਤੋਂ ਸਫ਼ਰ ਸ਼ੁਰੂ ਕਰ ਲਿਆ। ਅਤੇ ਨਿੱਕੇ ਨਿੱਕੇ ਰਾਹ ਜਿਹੜੇ ਹੈਗੇ ਨਾ, ਪੂਰੇ ਹਰਿਆਵਲ ਨਾਲ ਭਰਪੂਰ ਹੈ। ਅਸੀਂ ਇਸ ਵਕਤ ਚਹਿਲ ਤੋਂ ਕੁਫਰੀ ਵਾਲੇ ਰਸਤੇ 'ਤੇ ਹੈ, ਸੋਹਣਾ ਰਾਹ ਬਣਿਆ ਹੋਇਆ ਵੀ, ਸਿੰਗਲ ਰੋਡ ਹੈ। ਬਸ ਸਿੰਗਲ ਰੋਡ ਦੀ ਕਾਹ ਦਿੱਕਤ ਹੁੰਦੀ ਹੈ, ਸਾਹਮਣੇ ਵੱਡਾ ਸਾਧਨ ਆ ਜਾਣਾ, ਤੁਹਾਨੂੰ ਆਪਣਾ ਵਹੀਕਲ ਸਲੋਅ ਕਰਨਾ ਪੈਂਦਾ ਉਸ ਟਾਈਮ, ਭਾਵੇਂ ਤੁਸੀਂ ਮੋਟਰਸਾਈਕਲ 'ਤੇ ਹੋ ਭਾਵੇਂ ਕਾਰ 'ਤੇ ਹੋ। ਅਤੇ ਜੇ ਤੁਹਾਡੇ ਅੱਗੇ ਕੋਈ ਬੱਸ ਲੱਗ ਜਾਵੇ ਕੋਈ, ਤਾਂ ਉਹਨੂੰ ਬਸ ਪਾਰ ਕਰਨਾ ਖਾਲਾ ਜਿਹਾ ਵਾੜਾ ਨਹੀਂ ਹੁੰਦਾ ਉਸ ਟਾਈਮ। ਕੁਫਰੀ ਪਹੁੰਚ ਗਏ ਅਤੇ ਕੁਫਰੀ ਦਾ ਹਾਲ ਦੇਖੋ ਵੀ, ਬੁਰੇ ਹਾਲ ਆ, ਜਾਮ ਪੂਰੇ ਲੱਗੇ ਹੋਏ ਇੱਥੇ। ਮੈਨੂੰ ਸਮਝ ਨਹੀਂ ਆਉਂਦੀ ਕਿ ਇੱਥੇ ਲੋਕ ਜੂਨ ਦੇ ਮਹੀਨੇ 'ਚ ਕੁਫਰੀ ਕਿਉਂ ਆਉਂਦੇ ਨੇ। ਨਾ ਇੱਥੇ ਸਨੋਫਾਲ ਆ ਕੁਛ, ਨਾ ਬਰਫ਼ ਇੱਥੇ ਕੋਈ, ਸਿਰਫ ਉਹਨਾਂ ਦੀ ਇੱਕ ਖੱਦਰ ਖੁਆਰੀ ਹੁੰਦੀ ਇੱਥੇ ਆ ਕੇ। ਲਗਭਗ 20-25 ਮਿੰਟ ਹੋ ਗਏ ਸਾਨੂੰ ਇੰਨਾ ਰਾਹਾਂ 'ਤੇ, ਅਤੇ ਟ੍ਰੈਫਿਕ ਇੰਨਾ ਕਿ ਨਾ ਮੋਟਰਸਾਈਕਲ ਦੇ ਲੰਘਣ ਥਾਂ ਨਹੀਂ ਹੈਗੀ ਬਿਲਕੁਲ ਵੀ। ਕੁਫਰੀ ਕੁਫਰੀ ਪਾ ਕਰਕੇ ਨਾ ਜਦੋਂ ਅਸੀਂ ਜਾਂਦੇ ਹਾਂ ਨਾਰਕੰਡਾ ਦੀ ਤਰਫ, ਤਾਂ ਉੱਥੇ ਤੁਹਾਨੂੰ ਇਸ ਤਰ੍ਹਾਂ ਦੇ ਨਾ ਸ਼ਹਿਦ ਅਤੇ ਬਹੁਤ ਡੱਬੇ ਦਿਖ ਜਾਣਗੇ ਤੁਹਾਨੂੰ। ਆਹ ਦੇਖੋ 22 ਵਰਗੇ ਨਾ ਸ਼ਹਿਦ ਕੱਢੀ ਜਾਂਦੇ ਇਸ ਟਾਈਮ, ਪੂਰੀਆਂ ਪੂਰੀਆਂ ਮੱਖੀਆਂ ਭਰੀਆਂ ਇਸ ਟਾਈਮ ਇੱਥੇ। ਕਿਹੜੀ ਮੱਖੀ ਆ? ਵੱਡੀ ਮੱਖੀ ਹੈ ਨਾ ਇਹ? ਪਾਲਤੂ ਮੱਖੀ ਹੈ ਇਹ? ਨਾ ਆਪਣੇ ਵਾਸਤੇ ਪਹਿਲਾਂ ਰਾਜਸਥਾਨ 'ਚ ਕਰ ਦਿੰਦੇ ਸੀ ਨਾ ਬਾਈ ਇਹ, ਉੱਥੇ ਬੇਰੀਆਂ ਦਾ ਸ਼ਹਿਰ ਬੜਾ ਵਗਦਾ ਆਪਣੇ ਵਾਸਤੇ ਇੱਥੇ ਨਾ ਇਹ। ਹਾਂ ਆਹ ਦੋ ਤਰ੍ਹਾਂ ਦੇ ਸ਼ਹਿਦ ਪਏ ਇੱਥੇ ਨਾ ਇਹ,
ਇੱਕ ਗੂੜਾ ਜਿਹਾ, ਇੱਕ ਆਹ ਕਾਲਾ ਜਿਹਾ, ਇੱਕ ਫਿੱਕਾ ਜਿਹਾ, ਇੱਕ ਤਾਂ ਹੈਗਾ ਨਿੰਮ ਦਾ, ਆਹ ਇਹ ਤਾਂ ਕਹਿੰਦੇ ਹੈਗਾ 400 ਰੁਪਈਏ, ਅਤੇ ਜਿਹੜਾ ਗੂੜਾ ਜਿਹਾ ਆਹ ਇਹ ਕਹਿੰਦੇ 1500 ਰੁਪਏ, 1400-1500 ਰੁਪਏ ਕਿਲੋ ਆ ਇਹ। ਇਹ ਮਲਟੀ ਫਲੋਰਾ ਕਹਿੰਦੇ ਇੱਥੇ ਇਹਨਾਂ ਨੂੰ, ਇਹ ਸੇਬਾਂ ਸੂਬਾ ਕੱਢਿਆ ਹੋਇਆ ਇਹ। ਸੇਬ ਦਾ ਕੋਈ ਸਾਇਜ਼ ਨਹੀਂ ਨਿਕਲਦਾ ਭਾਈ, ਅਗਲੇ ਸੇਬ ਜੇ ਫੂਲ ਉੱਤੇ ਆ ਸਾਇਜ਼ ਨਹੀਂ ਨਿਕਲਦਾ, ਨਾ ਨਿਕਲਦਾ ਨਹੀਂ ਉਸੋਂ। ਠੀਕ ਹੈ, ਚਲੀਏ ਆਪਾਂ ਭਾਜੀ, ਤੁਸੀਂ ਪੂਰੇ ਪ੍ਰੋਟੈਕਸ਼ਨ 'ਚ ਹੈ ਮੱਖੀਆਂ ਕਰਕੇ, ਹੋਰ ਮੁੜ ਕੇ ਲੜ ਗਈ ਐਵੇਂ ਲਾਈਟ ਖਰਾਬ ਹੋਈ। ਚਲੋ ਨਿਕਲੀਏ ਫਿਰ। ਤਾਂ ਸ਼ਾਇਦ ਤਾਂ ਫਾਰਮ ਤੋਂ ਸ਼ੋਪਿੰਗ ਤਾਂ ਨਹੀਂ ਕੀਤੀ ਫਿਲਹਾਲ, ਇਹ ਕੋਈ ਸਾਡੀ ਗੱਡੀ ਪਹਿਲਾਂ ਹੀ ਬਹੁਤ ਲੋਡਡ ਹੈ, ਪਰ ਇੱਥੇ ਇੱਕ ਨਵੀਂ ਜਾਣਕਾਰੀ ਮਿਲੀ ਇਹ ਕਿ ਇਹਨਾਂ ਕੋਲ ਸ਼ਾਇਦ ਦੀ ਜਿਹੜੀ ਵਰਾਇਟੀ ਹੈਗੀ ਹੈ 400 ਰੁਪਏ ਤੋਂ ਲੈ ਕੇ ਉਹ 1500 ਰੁਪਏ ਤੱਕ ਆ ਉਹਨਾਂ ਕੋਲ ਇਹ। ਅਤੇ ਇਸ ਰੋਡ ਦੇ ਉੱਪਰ ਕਾਫੀ ਜ਼ਿਆਦਾ ਇਹ ਫਾਰਮ ਹਾਊਸ ਬਣੇ ਹੋਏ ਆ, ਇੱਥੋਂ ਇਹ ਅਲੱਗ ਅਲੱਗ ਫੁੱਲਾਂ ਤੋਂ ਸ਼ਾਇਦ ਕੱਢਦੇ, ਬਾਈ ਵਰਗੇ ਆਪ ਹੀ ਮੌਕੇ 'ਤੇ ਕੱਢਦੇ ਆ ਇਹ ਅਤੇ ਉਸ ਚੀਜ਼ ਨੂੰ ਸੇਲ ਕਰਦੇ ਆ ਇੱਥੋਂ ਇਹ। ਚਲੋ ਸ਼ਾਇਦਾਂ ਤੋਂ ਅੱਗੇ ਨਿਕਲੀ ਆਪਾਂ ਅੱਗੇ, ਸੱਪੜਾ ਨਾ ਸਫ਼ਰ ਕਾਫੀ ਬਾਕੀ ਪਿਆ ਜੀ ਇਸ ਟਾਈਮ, ਕਰੀਏ ਮੂਵ ਔਨ। ਸ਼ਿਮਲਾ ਤੋਂ ਬਾਅਦ ਨਾ ਇਸ ਰੂਟ ਦੇ ਉੱਪਰ ਪੈਂਦੇ ਸਭ ਤੋਂ ਵੱਡਾ ਸ਼ਹਿਰ ਨਾਰਕੰਡਾ, ਨਾਰਕੰਡਾ ਪਹੁੰਚ ਗਏ ਵੀ। ਪਹਿਲਾਂ ਮੈਂ ਤੇਰੀ ਇੱਕ ਵਾਰ ਉੱਥੇ ਆਏ ਸੀਗੇ, ਕਿੰਨੀ ਦੋ ਵਾਰ ਆਇਆ ਹੋਇਆ ਇੱਥੇ ਨਾਰਕੰਡਾ। ਸੋਹਣੀ ਲੋਕੇਸ਼ਨ ਆ, ਸੋਹਣਾ ਮੌਸਮ ਹੈ, ਵਧੀਆ ਮਾਹੌਲ ਆ ਉੱਥੋਂ। ਇਸ ਤੋਂ ਬਾਅਦ ਨਾ ਅਸੀਂ ਹੌਲੀ ਹੌਲੀ ਕਰਕੇ ਪਹਾੜ ਤੋਂ ਨੀਚੇ ਉਤਰਨਾ ਸ਼ੁਰੂ ਹੋ ਜਾਵਾਂਗੇ, ਕਿਉਂਕਿ ਇਸ ਥਾਂ ਦੇ ਉੱਪਰ ਹਾਈਟ ਕਾਫੀ ਹੈ ਅਤੇ ਜਿਸ ਕਰਕੇ ਠੰਡ ਵੀ ਕਾਫੀ ਹੈ। ਇੱਥੋਂ ਦੀਆਂ ਪ੍ਰਾਈਵੇਟ ਬੱਸਾਂ ਵੀ, ਅਤੇ ਅਸੀਂ ਪਹੁੰਚ ਗਏ ਹੈਗੇ ਹਾਂ ਰਾਮਪੁਰ ਬਸ਼ਰ। ਗਰਮੀ ਦਾ ਅਹਿਸਾਸ ਉੱਥੇ ਹੋ ਰਿਹਾ ਕਿਉਂਕਿ ਅਸੀਂ ਆਏ ਹਾਂ ਨਾਰਕੰਡਾ ਦੀ ਤਰਫ ਦੀ। ਨਾਰਕੰਡਾ ਦੀ ਹਾਈਟ ਲਗਭਗ 2700 ਮੀਟਰ ਪੈਂਦੀ ਹੈ ਸਮੁੰਦਰ ਤਲ ਤੋਂ, ਅਤੇ ਰਾਮਪੁਰ ਦੀ ਹੈਗੀ ਹੈ 1000 ਦੇ ਆਸ ਪਾਸ। ਜਿਵੇਂ ਜਿਵੇਂ ਸੀ ਲੈਵਲ ਦੀ ਹਾਈਟ ਘੱਟਦੀ ਜਾਂਦੀ ਹੈ ਨਾ, ਠੰਡ ਵੀ ਘੱਟ ਹੁੰਦੀ ਜਾਂਦੀ ਹੈ ਅਤੇ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਵੀ। ਇਹ ਇੱਥੋਂ ਦਾ ਇੱਕ ਸਰਕਾਰੀ ਮਹਿਕਮਾ ਬਣਿਆ ਹੋਇਆ ਵੀ, ਜਿਵੇਂ ਆਪਣੇ ਪੰਜਾਬ ਦੇ ਮਿੰਨੀ ਸੈਕਟਰੇਟ ਬਣਿਆ ਹੁੰਦਾ ਉਸੇ ਤਰ੍ਹਾਂ ਇੱਥੇ ਕੋਈ ਸਰਕਾਰੀ ਮਹਿਕਮਾ ਬਣਿਆ ਹੋਇਆ ਉੱਥੇ, ਕੋਈ ਜਿੱਥੇ ਕਈ ਤਰ੍ਹਾਂ ਦੇ ਡਿਪਾਰਟਮੈਂਟ ਬਣੇ ਹੋਏ ਉੱਥੇ ਉਹਨਾਂ ਇਹ। ਕੁੱਲ ਮਿਲਾ ਕੇ ਵਧੀਆ ਮਾਹੌਲ ਚੱਲੀ ਜਾਂਦਾ ਭਾਅ ਜੀ, ਕਿੱਧਰ ਗਏ ਸੰਗੀ ਜਾਂਦੇ ਆ ਲੱਗੇ ਹੋ। ਅਤੇ ਸਫ਼ਰ ਕਰਦਿਆਂ ਨੂੰ ਆਪਾਂ ਨੂੰ ਕਿੰਨਾ ਘੰਟਾ ਭਾਅ ਜੀ, ਆਪਾਂ ਨੂੰ ਖਾਣਾ ਖਾਂਦੇ ਰਹੋ, ਪਾਣੀ ਜ਼ਰੂਰ ਰਹਿੰਦੇ ਹੋ, ਪਰ ਠੰਡ ਹੈ ਭਾਵੇਂ ਗਰਮੀ ਹੈ, ਪਾਣੀ ਦਾ ਇੰਟੇਕ ਜਿਹੜਾ ਨਾ ਬਹੁਤ ਜ਼ਰੂਰੀ ਹੁੰਦਾ। ਟੇਪਰ ਰੋਡ ਤਾਂ ਕਿ ਉਹ ਮੀਂਹ ਤੋਂ ਬਚਦਾ ਰਹੇ ਸਾਰੀ ਚੀਜ਼ ਦੀ, ਇੱਥੋਂ ਇਹ ਸਾਰੀ ਬਿਲਡਿੰਗਾਂ ਨਾਲ ਉਸੇ ਤਰ੍ਹਾਂ ਹੀ ਬਣੀਆਂ ਬਣੀਆਂ ਹੋਈਆਂ ਸਰ। ਹੁਣ ਰਾਮਪੁਰ ਤੋਂ ਬਾਅਦ ਨਾ ਆਪਾਂ ਨੂੰ ਫਿਰ ਆਪਾਂ ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਾਂਗੇ ਆਪਾਂ। ਠੀਕ ਹੈ, ਇੱਕ ਉਹ ਗੱਲ ਆਪਣਾ ਬਿਲਕੁਲ ਸਤਲੁਜ ਦੇ ਨਾਲ ਚੱਲ ਰਹੇ ਹਾਂ ਇਸ ਟਾਈਮ, ਸਤਲੁਜ ਆਪਣੇ ਨਾਲ ਨਾਲ ਚੱਲੀ ਜਾਂਦਾ ਜੀ ਤੁਹਾਨੂੰ ਪੰਜਾਬ। ਬਿਲਕੁਲ ਜੀ ਬਿਲਕੁਲ, ਚਲੋ ਕਰਦੇ ਮੂਵ ਹੁਣ ਅੱਗੇ ਨੂੰ ਵੀ। ਰਾਮਪੁਰ ਬਸ਼ਰ ਸ਼ਹਿਰ ਪਾਰ ਕਰ ਲਿਆ ਅਤੇ ਹੁਣ ਹੌਲੀ ਹੌਲੀ ਕਰਕੇ ਨਾ ਫਿਰ ਚੜ੍ਹਾਈ ਸ਼ੁਰੂ ਹੋ ਗਈ। ਰਾਮਪੁਰ 'ਚ ਜਿੱਥੇ
ਸਤਲੁਜ ਬਿਲਕੁਲ ਨਾਲ ਵਹਿੰਦੀ ਸੀਗੀ, ਕੰਢਾ ਲੱਗਦਾ ਸੀ ਉਹਦਾ, ਕਿਨਾਰਾ ਲੱਗਦਾ ਸੀ ਸਤਲੁਜ ਦਰਿਆ ਦਾ। ਹੁਣ ਤਕਰੀਬਨ ਸਾਡੇ ਤੋਂ 400-500 ਫੁੱਟ ਨੀਚੇ ਹੈ ਸਤਲੁਜ ਇਸ ਟਾਈਮ ਘੱਟੋ ਘੱਟ। ਸ਼ਾਮ ਦਾ ਸਮਾਂ ਵੀ ਤਕਰੀਬਨ 5 ਵੱਜ ਚੁੱਕੇ ਆ ਅਤੇ ਅਸੀਂ ਪਹੁੰਚਣ ਵਾਲੇ ਹਾਂ ਏਸ਼ੀਆ ਦੇ ਸਭ ਤੋਂ ਵੱਡੇ ਹਾਈਡਰ ਪਾਵਰ ਪ੍ਰੋਜੈਕਟ ਜਾਖੜੀ ਦੇ ਉੱਪਰ। ਰਾਮਪੁਰ 'ਚ ਪੈਂਦਾ ਹੈ ਅਤੇ ਇਸ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਪਾਵਰ ਪ੍ਰੋਜੈਕਟ ਕਿਹਾ ਜਾਂਦਾ, ਜਿਹੜਾ ਕਿ ਇੱਕ ਪਹਾੜਾਂ ਦੇ ਵਿੱਚ ਬਣਿਆ ਹੋਇਆ। ਕਿਨੌਰ, ਕਿਨੌਰ 'ਚ ਐਂਟਰ ਕਰ ਗਏ ਅਤੇ ਤੁਹਾਨੂੰ ਇੱਕ ਬੜਾ ਸੋਹਣਾ ਸੀਨ ਦਿਖਾਉਂਦੇ। ਇੱਕ ਆਹ ਨਹੀਂ ਉਹ ਦੇਖੋ, ਗੱਡੀ ਨੂੰ ਵਾਸ਼ ਕਰਨ ਦਾ ਬੜਾ ਵਧੀਆ ਤਰੀਕਾ ਇਹਨਾਂ ਕੋਲ ਵੀ। ਆਹ ਸੀਮਿੰਟ ਵਾਲੀ ਗੱਡੀ ਹੈ ਇਹ, ਜਿਹਦੇ ਸੀਮਿੰਟ ਵਗੈਰਾ ਭਰ ਕੇ ਲਿਆ, ਕ੍ਰੈਸ਼ਰ ਇੱਕ ਤਰ੍ਹਾਂ ਦਾ ਅਤੇ ਕ੍ਰੈਸ਼ਰ ਨੂੰ ਧੋ ਰਿਹਾ ਇਸ ਟਾਈਮ ਪੂਰਾ ਵਧੀਆ ਤਰੀਕੇ ਦੇ ਨਾਲ ਵੀ। ਐਂ ਚੰਗੀ ਤਰ੍ਹਾਂ ਵਾਪਸ ਆਊਟ ਹੋ ਗਿਆ ਪੂਰਾ ਵੀ ਕੁਦਰਤੀ ਪਾਣੀ ਨਾਲ ਵੀ। ਉੱਪਰੋਂ ਝਰਨੇ ਬਹਿੰਦੇ ਹੋਏ ਅਤੇ ਉਹਨਾਂ ਝਰਨਿਆਂ ਦੇ ਪਾਣੀ ਰਾਹੀਂ ਕ੍ਰੈਸ਼ਰ ਧੋਤਾ ਜਾਂਦਾ ਵੀ ਇੱਥੇ ਪੂਰੇ ਪ੍ਰੈਸ਼ਰ ਦੇ ਨਾਲ ਵੀ। ਅਤੇ ਆ ਸਾਡੇ ਬਾਈ ਜੀ ਸੁਰਿੰਦਰ ਜੀ ਸਿੰਘ ਸਾਹਿਬ ਮੋਬਾਈਲ 'ਤੇ ਉਹਨੂੰ ਸ਼ਰਮਾਉਂਦੇ ਹੋਏ ਅਤੇ ਇੱਥੇ ਫੋਟੋ ਕਰਦੇ ਹੋਏ ਵੀਡੀਓ ਬਣਾਉਂਦੇ ਹੋਏ। ਸ਼ਾਮ ਦੇ ਤਕਰੀਬਨ 7 ਵਜੇ ਦਾ ਟਾਈਮ ਹੋ ਗਿਆ, ਲਗਭਗ 7 ਦੁਪਹਿਰੀ ਹੋ ਗਿਆ, ਹਨੇਰਾ ਆਉਣ ਵਾਲਾ ਹੈ ਅਤੇ ਅਸੀਂ ਪਹੁੰਚ ਚੁੱਕੇ ਹਾਂ ਇਸ ਵਕਤ ਕਿਨੌਰ ਦੇ ਗੇਟਵੇ ਦੇ। ਇੱਕ ਬੜੀ ਮਸ਼ਹੂਰ ਨਿਸ਼ਾਨੀ ਹੈ ਕਿਨੌਰ ਦੀ, ਜੋ ਅਸੀਂ ਕਿਨੌਰ ਐਂਟਰ ਕਰਦੇ ਹਾਂ ਦਿਖਾਉਣੇ ਤੁਹਾਨੂੰ ਕੁੰਟ, ਇਹ ਜਿੱਥੇ ਬਹੁਤ ਸਾਰੇ ਸਾਧਨ ਆਈ ਜਾਂਦੇ ਆ ਆਸ ਚੀਜ਼, ਇਹ ਹੈਗਾ ਜੀ ਕਿਨੌਰ ਦਾ ਗੇਟ ਜਿੱਥੋਂ ਗੱਡੀਆਂ ਨਿਕਲ ਰਹੀਆਂ ਨੇ ਆਹ। ਅਤੇ ਨੀਚੇ ਬਹੁਤ ਡੂੰਘੀ ਖਾਈ ਦੇ ਵਿੱਚ ਸਤਲੁਜ ਵਹਿੰਦਾ ਹੋਇਆ, ਆਹ ਸਤਲੁਜ ਰਿਹਾ ਆਹ ਨਿੱਕਾ ਜਿਹਾ, ਅਤੇ ਤੁਸੀਂ ਉਹ ਦੇਖ ਰਹੇ ਹੋ ਨਾ ਆਹ ਜਿਹੜਾ ਸੁਰੰਗ 'ਚ ਪਾਣੀ ਆ ਰਿਹਾ, ਇਹ ਸਾਰੇ ਹਾਈਡਰੋ ਪਾਵਰ ਪ੍ਰੋਜੈਕਟ ਲੱਗੇ ਹੋਏ ਆ ਇਹ।
ਸੁਰੰਗਾਂ ਦੇ ਵਿੱਚੋਂ ਪਾਣੀ ਕੱਢ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਸਤਲੁਜ ਦਾ ਪਾਣੀ ਸਾਰਾ ਇਹ ਕਿਸੇ ਹੋਰ ਸੁਰੰਗ 'ਚ ਪਾ ਕੇ ਪਾਣੀ ਇੱਧਰ ਦੇ ਕੱਢ ਦਿੱਤਾ ਜਾਂਦਾ ਹੈ। ਅਤੇ ਅਸੀਂ ਖੜ੍ਹੇ ਹਾਂ ਇਸ ਵਕਤ ਕਿਨੌਰ ਦੇ ਗੇਟਵੇ 'ਤੇ। ਇਹ ਬੜੀ ਮਸ਼ਹੂਰ ਨਿਸ਼ਾਨੀ ਹੈਗੀ ਆ, ਆਹ ਪਹਾੜ ਦੇ ਵਿੱਚ ਉਹਦੀ ਸਾਰਾ ਪਹਾੜ ਬਣਿਆ ਹੋਇਆ ਹੈ। ਫਾਈਨਲੀ ਕਿਨੌਰ 'ਚ ਐਂਟਰ ਕਰ ਗਏ ਅੱਜ। ਰਾਤ ਦੇ ਤਕਰੀਬਨ ਵੱਜ ਚੁੱਕੇ 10 ਅਤੇ ਅਸੀਂ ਪਹੁੰਚ ਚੁੱਕੇ ਹਾਂ ਟੱਪਰੀ। ਛੋਟਾ ਜਿਹਾ ਇੱਕ ਕਸਬਾ ਪੈਂਦਾ ਟੱਪਰੀ, ਅਤੇ ਇੱਥੇ ਆਪਣੇ ਲਗਾ ਲਏ ਟੈਂਟ ਵੀ। ਥੋੜ੍ਹੇ ਰਹਿਣ ਦੇ ਇਸ਼ੂ ਉੱਥੇ ਹੋ ਰਿਹਾ ਸੀ ਥੋੜ੍ਹਾ ਬਹੁਤਾ, ਤਾਂ ਅਸੀਂ ਇੱਥੇ ਲਗਾ ਲਏ ਸਤਲੁਜ ਦੇ ਕੰਢੇ ਟੈਂਟ ਵੀ। ਛੋਟਾ ਇੱਕ ਬਾਜ਼ਾਰ ਬਣਿਆ, ਤੁਹਾਨੂੰ ਦਿਖਾਵਾਂਗੇ ਸਵੇਰੇ। ਆਹ ਸਾਡੀ ਖੜ੍ਹੀ ਹੈ ਬਾਈਕ, ਅਤੇ ਆਹ ਪਿੱਛੇ ਲੱਗੇ ਹੋਏ ਟੈਂਟ ਵੀ। ਇਹ ਸਾਡਾ ਟੈਂਟ ਹੋ ਗਿਆ ਅਤੇ ਬਾਈ ਸ਼ਵਿੰਦਰ ਬਾਈ ਦਾ ਟੈਂਟ ਹੋ ਗਿਆ ਇਸ ਪਾਸੇ ਨੂੰ। ਉਹ ਲੋਕ ਸੁੱਤੇ ਪਏ ਹੈ, ਅਤੇ ਛੋਟਾ ਜਿਹਾ ਬਾਜ਼ਾਰ ਇੱਥੇ ਦਾ ਇਹ। ਤਾਂ ਕੁੱਲ ਮਿਲਾ ਕੇ ਸਫ਼ਰ ਸੀ ਅੱਜ ਦਾ ਬਹੁਤ ਵਧੀਆ ਰਿਹਾ, ਸ਼ਾਨਦਾਰ ਰਿਹਾ। 300 ਕਿਲੋਮੀਟਰ ਦੇ ਲਗਭਗ ਤੈਅ ਕੀਤਾ। ਜੋ ਰਸਤੇ ਦੇ ਵਿੱਚ ਰਸ਼ ਕਾਫੀ ਸੀ, ਟ੍ਰੈਫਿਕ ਕਾਫੀ ਸੀ, ਜਿਸ ਕਰਕੇ ਲੇਟ ਹੋ ਗਏ ਵੀ। ਤਾਂ ਟੱਪਰੀ ਪਹੁੰਚੇ ਹਾਂ, ਉੱਥੋਂ ਸਵੇਰੇ ਨਿਕਲਾਂਗੇ ਚਿਤਕੁਲ ਵਾਸਤੇ। ਚਿਤਕੁਲ ਕੱਲ੍ਹ ਨੂੰ ਰੁਕਾਂਗੇ, ਉੱਥੇ ਕੁਛ ਥਾਵਾਂ ਹੈਗੀਆਂ ਦੇਖਣ ਵਾਲੀਆਂ, ਉਹ ਵੇਖਾਂਗੇ ਜਾ ਕੇ ਇੱਥੋਂ। ਇਹ ਦੇਖਾਂਗੇ ਕੀ ਮਾਹੌਲ ਬਣਦਾ ਵੀ ਇੱਥੋਂ ਇਹ। ਤਾਂ ਟੱਪਰੀ ਪਹੁੰਚ ਕੇ ਜਿੱਥੇ ਟੈਂਟ ਲਾਇਆ ਨਾ ਅਸੀਂ, ਤੁਹਾਨੂੰ ਗੱਲ ਕਰਨੀ ਭੁੱਲ ਗਏ, ਤਾਂ ਉੱਥੇ ਕੰਟੀ ਖਾਣਾ ਬਣਾਉਂਦੇ ਆ, ਅਤੇ ਬੜਾ ਵਧੀਆ ਖਾਣਾ ਬਣਾਉਂਦੇ ਵੀ ਉਹ। ਆਪਦਾ ਭਲਵਾਨ ਸੁੱਤਾ ਪਿਆ। ਹਾਂ, ਇਸ ਥਾਂ 'ਤੇ ਨਾ ਕੰਟੀ ਖਾਣਾ ਬਣਾਉਂਦੇ ਆ, ਅਤੇ ਉਹ ਦੇਖੋ ਤਾਜ਼ੀ ਤਾਜ਼ੀ ਰੋਟੀ ਬਣਾਉਂਦੇ ਆ, ਅਤੇ ਤਾਜ਼ੀ ਰੋਟੀ ਖਵਾ ਦਿੰਦੇ ਆ ਜੀ। ਬੜਾ ਵਧੀਆ ਸਿਸਟਮ ਇਹਨਾਂ ਦਾ ਵੀ, ਤਾਜ਼ੀ ਰੋਟੀ, ਦਾਲ, ਆਲੂ, ਬਹੁਤ ਵਧੀਆ। ਤਾਂ ਇਹ ਸੀ ਇੱਥੋਂ ਦਾ ਮਾਹੌਲ ਜੀ ਟੱਪਰੀ ਦਾ। ਬਾਜ਼ਾਰ ਇੱਕ ਬਣਿਆ ਉੱਥੇ, ਇਸ ਟਾਈਮ ਲੋਕ ਬਾਜ਼ਾਰ ਵਾਲੇ ਵੀ ਸਾਰੇ ਸੋ ਸੋ ਗਏ ਸ਼ੈੱਡਾਂ ਦੇ ਹੇਠਾਂ, ਅਤੇ ਹੁਣ ਅਸੀਂ ਵੀ ਸੌਣ ਚੱਲੇ ਹਾਂ ਵੀ। ਤਾਂ ਮਿਲਾਂਗੇ ਤੁਹਾਨੂੰ ਕੱਲ੍ਹ ਨੂੰ ਅਗਲੇ ਵਲੌਗ ਦੇ ਵਿੱਚ, ਅਤੇ ਪਹੁੰਚਾਂਗੇ ਚਿਤਕੁਲ ਵੀ। ਤਾਂ ਮਿਲਦੇ ਤੁਹਾਨੂੰ, ਟਿਲ ਦੈਨ ਗੁੱਡ ਨਾਈਟ, ਸ਼ੱਬਾ ਖੈਰ, ਹੱਸਦੇ ਵੱਸਦੇ ਰਹੋ ਹਮੇਸ਼ਾ ਜੀ, ਜ਼ਿੰਦਗੀਆਂ ਮਾਨੋ ਆਪਦੀਆਂ।